ਕੀ ਹਾਲ ਹੈ ਬਾਈ ਜੀ? ਹਾਂਜੀ ਵੀਰੇ ਵਧੀਆ ਜੀ, ਵਾਹਿਗੁਰੂ ਜੀ। ਸੇਵਾ ਕਰ ਰਹੇ ਹੋ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੇਵਾ ਕਰ ਰਹੇ ਹੋ ਫਿਰ? ਹਾਂਜੀ ਵੀਰੇ। ਜਿਹੜਾ ਕੰਮ ਕਰ ਗਈ ਗਲਤ ਆ ਫਿਰ? ਬਹੁਤ ਗਲਤ ਆ ਵੀਰੇ। ਹਾਂਜੀ, ਮੰਨ ਕੇ ਚੱਲੋ ਕਿ ਜਦੋਂ ਤਾਂ ਅਸੀਂ ਲੰਗਰ ਲਾਉਣੇ ਹੁੰਦੇ ਆ ਉਦੋਂ ਤਾਂ ਅਸੀਂ ਚੰਗੇ ਹੁੰਦੇ ਆ, ਅਸੀਂ ਦੇਖਦੇ ਆ। ਹਾਂ, ਤੇ ਜਦੋਂ ਅਸੀਂ ਮੰਨ ਕੇ ਚੱਲੋ ਕਿ ਆਪਣੇ ਹੱਕਾਂ ਦੀ ਗੱਲ ਕਰਨੀ, ਫਿਰ ਗਦਾਰ ਆ ਅਸੀਂ, ਮਾੜੇ ਅੱਤਵਾਦੀ ਹੈਗੇ। ਬਿਲਕੁਲ। ਤੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਅਸੀਂ ਉਦੋਂ ਅੱਤਵਾਦੀ ਨਹੀਂ ਹੁੰਦੇ ਗੇ ਜਦੋਂ ਅਸੀਂ ਲੰਗਰ ਲਾਉਣੇ ਆ, ਜਦੋਂ ਅਸੀਂ ਕਰੋਨਾ ਦੇ ਵਿੱਚ ਜਦੋਂ ਉਹ ਆਪਣਾ ਆਕਸੀਜਨ ਦੇ ਲੰਗਰ ਲਾਏ। ਬਿਲਕੁਲ ਬਿਲਕੁਲ। ਜਾਂ ਜਦੋਂ ਗੁਰਦੁਆਰਾ ਸਾਹਿਬ ਦੇ ਜਦੋਂ ਅਸੀਂ ਗੇਟ ਖੋਲੇ ਸੀ ਉਦੋਂ ਤੁਹਾਡੇ ਵਾਸਤੇ ਅੱਤਵਾਦੀ ਨਹੀਂ ਸੀਗੇ? ਹਾਂਜੀ ਹਾਂਜੀ। ਅੱਜ ਅਸੀਂ ਅੱਤਵਾਦੀ ਹੋ ਗਏ, ਹਨਾ? ਬਿਲਕੁਲ, ਹੱਕ ਮੰਗ ਰਹੇ ਹਾਂ ਆਪਾਂ। ਹੱਕ ਜੇ ਤਾਂ ਹੱਕ ਮੰਗਦੇ ਹਾਂ ਤਾਂ ਅਸੀਂ ਅੱਤਵਾਦੀ ਹਾਂ, ਜੇ ਹੱਕ ਨਾ ਮੰਗਾਂਗੇ ਤਾਂ ਅਸੀਂ ਅੱਤਵਾਦੀ ਹਾਂ। ਤੇ ਇਹਨਾਂ ਦੇ ਇਹੀ ਆ ਵੀਰੇ, ਜੇ ਆਪਣੇ ਹੱਕ ਮੰਗੋਗੇ ਤਾਂ ਤੁਹਾਨੂੰ ਅੱਤਵਾਦੀ ਵੱਖਵਾਦੀ ਕਹਿਣਾ ਹੀ ਇਹਨਾਂ ਨੇ। ਬਿਲਕੁਲ। ਤੇ ਜੇ ਤੁਸੀਂ ਆਪਣੇ ਨਾਲ ਹੱਕ ਨਾ ਮੰਗੋਗੇ ਤਾਂ ਤੁਸੀਂ ਦੇਖਦੇ ਆ। ਬਿਲਕੁਲ ਬਿਲਕੁਲ। ਤੁਸੀਂ ਬਾਈ ਜੀ ਸੇਵਾ ਕਰ ਰਹੇ ਹੋ, ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਨਵਾਂਕੋਟ ਪਿੰਡ ਨਾਲ। ਠੀਕ ਹੈ। ਤੇ ਬਾਈ ਸੇਵਾ ਕਰ ਰਹੇ ਆ, ਦੇਖੋ ਲਗਾਤਾਰ, ਹੈ ਨਾ, ਬਹੁਤ ਵਧੀਆ ਸੇਵਾ ਕਰ ਰਹੇ ਨੇ। ਸਫਾਈ ਵੀ ਜ਼ਰੂਰੀ ਆ ਕਿਉਂਕਿ ਆਪਣਾ ਤਾਂ ਇੱਕ ਹਿਸਾਬ ਦਾ ਘਰੇ ਬਣ ਗਿਆ ਇੱਥੇ। ਅਤੇ ਇੱਧਰ ਖਨੌਰੀ ਬਾਰਡਰ 'ਤੇ ਦੇਖ ਸਕਦੇ ਹੋ, ਬੜੀ ਸ਼ਾਂਤਮਈ ਤਰੀਕੇ ਨਾਲ ਖੜ੍ਹੇ ਹਾਂ ਅਤੇ ਟਾਇਰਾਂ ਦੀਆਂ ਹਵਾ ਕੱਢ ਕੇ, ਟਰੈਲੀਆਂ ਦੀਆਂ ਹਵਾ ਕੱਢ ਕੇ ਦੇਖੋ, ਐਡੀ ਨਲਾਇਕ ਸਰਕਾਰ, ਪ੍ਰਸ਼ਾਸਨ ਐਡੀ ਗੰਦੀ ਕਰਤੂਤ ਕਰ ਰਹੀ ਆ। ਟਰੈਕਟਰਾਂ ਦੇ ਹਵਾ ਕੱਢ ਗਈ, ਟਰੈਲੀਆਂ ਦੀ ਹਵਾ ਕੱਢ ਗਈ, ਗੱਡੀਆਂ ਤੋੜ ਗਏ, ਭੰਨ ਤੋੜ ਕਰਕੇ ਗਏ ਆ ਆਪਣੇ ਏਰੀਏ 'ਚ ਆ ਕੇ। ਆ ਲਓ, ਸ਼ੀਸ਼ੇ ਤੋੜ ਗਏ ਗੱਡੀਆਂ ਦੇ, ਡਾਂਗਾ ਮਾਰ ਗਏ, ਝੰਡੇ ਤੋੜ ਗਏ। ਆਹ ਚੈੱਕ ਕਰੋ ਟਰੈਕਟਰ, ਇਹਦੀਆਂ ਵੀ ਲੱਤਾਂ ਮਾਰ ਮਾਰ ਕੇ, ਡਾਂਗਾ ਮਾਰ ਮਾਰ ਕੇ ਤੋੜ ਗਏ, ਹਵਾ ਕੱਢ ਕੇ ਗਏ ਆ। ਆਹ ਗੱਡੀ ਆ, ਗੱਡੀ ਬਿਲਕੁਲ ਫੱਟੜ ਕਰ ਗਏ, ਚੈੱਕ ਕਰੋ। ਕਹਿੰਦੇ ਬਾਈ ਅੰਦਰ ਬੈਠੇ ਸੀ, ਉਹ ਵੀ ਭੱਜ ਕੇ ਨਿਕਲੇ ਆ, ਮਸਾਂ ਜਾਣ ਬਚਾਈ ਆ। ਖਨੌਰੀ ਬਾਰਡਰ 'ਤੇ ਆਹ ਹਾਲ ਹੋਇਆ।